ਡੰਡਾ ਗੋਲੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ, ਬੰਦਾ ਕਿੱਥੇ ਆ? ਬੰਦਾ ਦੱਸੋ ਕਿੱਥੇ ਆ? ਮਾਨ ਸਾਹਿਬ ਨੇ ਕਠੋਰ ਨਿਰਣੇ ਲਏ, ਲੇਕਿਨ ਬਿਨਾ ਇੱਕ ਵੀ ਗੋਲੀ ਚੱਲੇ, ਬਿਨਾ ਕੋਈ ਵੀ ਖੂਨ ਵਹੇ, ਪੂਰੇ ਪੰਜਾਬ ਕੇ ਅੰਦਰ ਅੱਜ ਸ਼ਾਂਤੀ ਵਿਵਸਥਾ ਬਰਕਰਾਰ ਹੈ। ਡੰਡਾ ਗੋਲੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ, ਬੰਦਾ ਕਿੱਥੇ ਆ? ਬੰਦਾ ਦੱਸੋ ਕਿੱਥੇ ਆ? ਮੈਂ ਪੰਜਾਬ ਪੁਲਿਸ ਨੂੰ ਕਦੇ ਫੇਰ ਨਹੀਂ ਕਹੂੰਗਾ, ਸਰਕਾਰ ਦੀ ਉੱਤੇ ਜ਼ਿੰਮੇਵਾਰੀ ਹੁੰਦੀ ਆ, ਸਰਕਾਰ ਕੀ ਕਰਦੀ ਆ। ਸਾਡੇ ਪ੍ਰਧਾਨ ਵੀ ਨੇ ਤੇ ਉਹ ਸੱਚਾਈ ਦੀ ਜਿੱਤ ਹੋਈ ਆ। ਜਿਹੜਾ ਕੋਰਟ ਨੇ ਬਹੁਤ ਵੱਡਾ ਫੈਸਲਾ ਕੀਤਾ, ਉਹਨਾਂ ਨੂੰ ਪਹਿਲਾਂ ਜੀ ਆਇਆਂ ਕਰਦੇ ਆ, ਵੈਲਕਮ ਕਰਦੇ ਆ। ਫਿਰ ਤੁਹਾਨੂੰ ਪਤਾ ਜਿਹੜਾ ਅਡਾਨੀ ਦਾ ਪੈਸਾ, ਜਿਹੜਾ ਅਡਾਨੀ ਦਾ, ਰਾਹੁਲ ਗਾਂਧੀ ਦੀ ਕੋਈ ਕਿਸੇ ਨੂੰ ਤਕਲੀਫ ਨਹੀਂ, ਰਾਹੁਲ ਗਾਂਧੀ ਜਿਹੜਾ ਸੱਚ ਦੀ ਆਵਾਜ਼ ਚੱਕ ਰਿਹਾ, ਜਿਹੜਾ ਮੋਦੀ ਅਤੇ ਅਡਾਨੀ ਜਿਹੜੇ ਸਕੇ ਭਰਾ ਨੇ ਉਹਨਾਂ ਦੀ ਗੱਲ ਐਕਸਪੋਜ਼ ਕਰ ਰਿਹਾ, ਰੌਲਾ ਇਹਦਾ ਏ। ਉਹਦੀ ਮੈਂਬਰਸ਼ਿਪ ਕਿਉਂ ਰੱਦ ਕੀਤੀ ਆ? ਉਹਨੇ ਪੁੱਛ ਲਿਆ ਵੀ 20,000 ਕਰੋੜ ਰੁਪਈਆ ਜਿਹੜਾ ਤੁਸੀਂ ਆਮ ਲੋਕਾਂ ਦਾ, ਸਭ ਤੋਂ ਗਰੀਬ ਆਮ ਲੋਕਾਂ ਦਾ ਪੈਸਾ LIC ਹੁੰਦਾ ਏ ਆਪਾਂ ਜਿਹੜੀ ਕਰਾਉਂਦੇ ਹਾਂ, ਅਤੇ ਸਾਰਿਆਂ ਨੂੰ ਸਰਕਾਰੀ ਛੋਟੇ ਬੈਂਕ ਜਿਨ੍ਹਾਂ 'ਚ ਆਮ ਲੋਕਾਂ ਦਾ ਪੈਸਾ, ਉਹ 20,000 ਕਰੋੜ ਰੁਪਈਆ ਜਿਹੜਾ ਏ ਉਹ ਅਡਾਨੀ ਨੂੰ ਦੇ ਤਾ, ਉਹਦੀ ਗੱਲ ਰਾਹੁਲ ਗਾਂਧੀ ਪੁੱਛ ਰਿਹਾ, ਤਾਂ ਇੱਕ ਦਿਨ 'ਚ ਕੇਸ ਬਣਾ ਕੇ ਉਹਨੂੰ ਉਹਦੀ ਸੰਸਥਾ ਵੀ MP ਤੋਂ ਵੀ ਕੈਂਸਲ ਕਰਤਾ। ਪਰ ਰਾਹੁਲ ਗਾਂਧੀ, ਉਹ ਗਾਂਧੀ ਫੈਮਿਲੀ ਆ, ਉਹ ਦੋ ਪ੍ਰਧਾਨ ਮੰਤਰੀ ਵਾਰ ਚੁੱਕਿਆ ਦੇਸ਼ 'ਚੋਂ, ਅਤੇ ਉਹ ਮੋਦੀ ਤੋਂ ਮਾਫ਼ੀ ਮੰਗੂਗਾ, ਉਹ ਵੀ ਅਡਾਨੀ ਕਰਕੇ, ਨੀਰਾ ਮੋਦੀ ਕਰਕੇ। ਉਹ ਕਹਿੰਦਾ ਕਦੇ ਮਾਫ਼ੀ ਨਹੀਂ ਮੰਗਦਾ, MP ਰਵਾਂ ਨਾ ਰਵਾਂ, ਪਰ ਇੱਕ ਸੱਤਿਆਗ੍ਰਹਿ ਦੇਸ਼ 'ਚੋਂ ਸ਼ੁਰੂ ਕਰੂਗਾ। ਤੁਸੀਂ ਦੇਖਿਓ, ਚਾਹੇ ਇਹ ਮੋਦੀ ਹੋਵੇ, ਚਾਹੇ ਮੋਦੀ ਦੀ ਸਰਕਾਰ, ਇਹਨਾਂ ਨੂੰ ਨੰਗਾ ਕਰਕੇ ਦੋਸ਼ ਦੇ ਮੂਹਰੇ ਰੱਖੂ, ਕਿਉਂਕਿ ਉਹਦੀ ਯਾਤਰਾ ਤੋਂ ਘਬਰਾਏ ਹੋਏ ਨੇ। ਪਹਿਲਾਂ ਜਿਹੜੀ ਕੀਤੀ ਆ ਯੁੱਧੀ ਯਾਤਰਾ ਜਿਹੜੀ ਆ, ਉਹ ਅਸੀਂ ਗੁਜਰਾਤ ਦੇ ਵਿੱਚ ਜਾ ਕੇ ਇੱਟ ਨਾਲ ਇੱਟ ਖੜਕਾਵਾਂਗੇ। ਤੁਸੀਂ ਦੇਖਿਓ ਕਿਸ ਤਰੀਕੇ ਨਾਲ ਜਿਹੜੀਆਂ ਉਹ ਇੱਟਾਂ ਏ ਮੋਦੀ ਦੀਆਂ ਢਹਿੰਦੀਆਂ ਆਉਣ ਵਾਲੇ ਦਿਨਾਂ 'ਚ। ਫਿਰ ਕੀ ਹੋ ਗਿਆ? ਉਹ ਡਰਦਾ ਏ ਯਾਰ, ਕਿ ਇਹਦਾ ਮਤਲਬ, ਇਹਦਾ ਮਤਲਬ ਜੇ ਹੁਣ ਕਾਨੂੰਨ ਨੂੰ ਕੋਈ ਗਲਤ ਯੂਜ਼ ਮਿਸਯੂਜ਼ ਕਰ ਲਵੇ ਤਾਂ ਫਿਰ ਉਹਦੇ ਵਿੱਚ ਕੀ ਕਰ ਸਕਦੇ ਹਾਂ ਆਪਾਂ? ਇਸ ਕਰਕੇ ਉਹ ਸ਼ਰੇਆਮ ਧੱਕਾ ਏ, ਜਿਹੜਾ ਧੱਕਾ ਏ ਉਹ ਇਕੱਲੇ ਇਕੱਲੇ ਵਰਕਰ, ਇਕੱਲੇ ਇਕੱਲੇ ਘਰ ਘਰ ਅਸੀਂ ਗੱਲ ਲੈ ਕੇ ਜਾਵਾਂਗੇ, ਉਹ ਦੱਸਾਂਗੇ ਲੋਕਾਂ ਨੂੰ ਵੀ ਰਾਹੁਲ ਗਾਂਧੀ ਨੂੰ ਸਿਰਫ, ਉਹਨੇ ਕਿਹੜਾ ਆਪ ਦੀ ਲੜਾਈ ਲੜ ਰਹੇ ਆ, ਕੋਈ ਆਪਣੇ ਘਰ ਦੀ ਲੜਾਈ ਲੜ ਰਹੇ ਆ? ਉਹ ਲੋਕਾਂ ਦੇ ਪੈਸੇ ਜਿਹੜੇ ਅਡਾਨੀ ਨੇ ਲੁੱਟੇ ਆ, ਜਿਹੜੇ ਲੋਕਾਂ ਦੇ ਪੈਸੇ ਆ, ਲੋਕਾਂ 'ਤੇ ਲੱਗਣੇ ਸੀ, ਉਹ ਪੈਸੇ ਤਾਂ ਭਾਈ ਅਸੀਂ ਕਢਵਾ ਕੇ ਹੱਡਾਂਗੇ BJP ਤੋਂ। ਕੇਜਰੀਵਾਲ ਕਹਿ ਰਹੇ ਆ ਕਿ ਅੰਮ੍ਰਿਤ ਪਾਲ ਤੋਂ ਲੈ ਕੇ ਹਮਲੇ ਕੀਤੇ ਹਨ, ਬਿਨਾਂ ਕੋਈ ਗੋਲੀ ਚਲਾਏ ਪੰਜਾਬ ਨੇ ਸ਼ਾਂਤੀ ਕਾਇਮ। ਮੈਂ ਹਜੇ ਉਸ ਬਾਲਾ ਇਸ਼ੂ 'ਤੇ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਉਹ ਹਜੇ ਆਪਰੇਸ਼ਨ ਚੱਲ ਰਿਹਾ ਹੈ। ਪਰ ਡੰਡਾ ਗੋਲੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ, ਬੰਦਾ ਕਿੱਥੇ ਆ? ਬੰਦਾ ਦੱਸੋ ਕਿੱਥੇ ਆ? ਸਰ, ਹਰਿਆਣਾ ਸਰਕਾਰ ਵੀ ਕਹਿ ਰਹੀ ਹੈ ਕਿ ਪੰਜਾਬ ਪੁਲਿਸ ਦਾ ਫੇਲੀਅਰ ਹੈ ਜੀ, ਬੰਦਾ ਨਹੀਂ ਮਿਲਿਆ। ਦੇਖੋ, ਮੈਂ ਪੰਜਾਬ ਪੁਲਿਸ ਨੂੰ ਕਦੇ ਫੇਲ ਨਹੀਂ ਕਹੂੰਗਾ, ਸਰਕਾਰ ਦੀ ਉੱਤੇ ਜ਼ਿੰਮੇਵਾਰੀ ਹੁੰਦੀ ਆ, ਸਰਕਾਰ ਕੀ ਕਰਦੀ ਆ। ਪੰਜਾਬ ਪੁਲਿਸ ਸਾਡੀ ਬਹੁਤ ਬਹਾਦਰ ਪੁਲਿਸ ਆ। ਹਜੇ ਰੁਕ ਜਾਓ, ਹਜੇ ਆਪਰੇਸ਼ਨ ਚੱਲ ਰਿਹਾ, ਕੋਈ ਵੀ ਨੁਕਤਾ ਚੀਨੀ ਕਰਨਾ ਉਹ ਗਲਤ ਹੋਏਗਾ।